ਸਤਿ ਸ੍ਰੀ ਅਕਾਲ ਵੈਲਕਮ ਟੂ ਬਲੂ ਬird ਆਸਟ੍ਰੇਲੀਆ ਟੂਰਿਸਟ ਵੀਜ਼ਾ ਬਾਰੇ ਗੱਲ ਕਰਨ ਲੱਗੇ ਆ ਕਿ ਆਸਟ੍ਰੇਲੀਆ ਦੇ ਟੂਰਿਸਟ ਵੀਜ਼ਾ ਕੀ ਇਸੇ ਤਰੀਕੇ ਨਾਲ ਲੱਗਦੇ ਰਹਿਣਗੇ ਜਾਂ ਫਿਰ ਕੋਈ ਚੇਂਜਸ ਆਉਣਗੇ ਕਿਉਂਕਿ ਹੁਣ ਰੀਸੈਂਟ ਦੇ ਵਿੱਚ ਜਿਹੜੀ ਅਪਡੇਟ ਚੱਲ ਰਹੀ ਹੈ ਉਹ ਦੇ ਅਕੋਰਡਿੰਗ ਆਸਟ੍ਰੇਲੀਆ ਦੇ ਵਿੱਚ ਇਸਟੈਂਪ ਰਿਜ਼ਲਟਸ ਕਾਫੀ ਵਧੀਆ ਨੇ ਵੀਜ਼ਾਸ ਵੀ ਕਾਫੀ ਆ ਰਹੇ ਨੇ ਤੁਸੀਂ ਵੀ ਸਾਡੇ ਰੀਸੈਂਟ ਕੁਝ ਰਿਜ਼ਲਟਸ ਦੇਖੇ ਹੋਣਗੇ ਜਿਹੜੇ ਅਸੀਂ YouTube ਤੇ ਵੀ ਤੇ ਆਪਣੇ Instagram ਤੇ ਵੀ ਪਾਈ ਸੀਗੇ ਤੁਸੀਂ ਉਹ ਵੀ ਜਾ ਕੇ ਦੇਖ ਸਕਦੇ ਹੋ ਤੇ ਆਸਟ੍ਰੇਲੀਆ ਨੇ ਇਸ ਟਮ ਵੀਜ਼ਾ ਦੇਣੇ ਸਟਾਰਟ ਕੀਤੇ ਹੋਏ ਆ ਤੇ ਪ੍ਰੀਵੀਅਸ ਕੁਝ ਰਿਜ਼ਲਟਸ ਚੰਕੇ ਨਿਕਲੇ ਵੀ ਨੇ ਤੇ ਅਗਾ ਵੀ ਹੁਣ ਜਿਹੜੀਆਂ ਨਵੀਆਂ ਫਾਈਲਾਂ ਲੱਗ ਰਹੀਆਂ ਨੇ ਉਹਨਾਂ ਦੇ ਵੀ ਰਿਜ਼ਲਟਸ ਆਉਣ ਦੀ ਜਿਹੜੀ ਉਹ ਪੂਰੀ ਉਮੀਦ ਹੈ ਤੇ ਪ੍ਰੋਸੈਸ ਟਾਈਮ ਦੀ ਗੱਲ ਕਰੀਏ ਤਾਂ ਪ੍ਰੋਸੈਸ ਟਾਈਮ ਇਸ ਟਮ ਬਹੁਤ ਜਲਦੀ ਰਿਜ਼ਲਟਸ ਆ ਰਹੇ ਨੇ ਮੀਨਸ ਤੁਸੀਂ ਅੱਜ ਫਾਈਲ ਲਾਉਂਦੇ ਹੋ ਤਾਂ ਉਸ ਤੋਂ ਬਾਅਦ ਤੁਹਾਡਾ ਵਿਥਿਨ 2 ਵੀਕ ਜਾਂ 10 ਡੇਜ਼ ਦੇ ਵਿੱਚ ਰਿਜ਼ਲਟ ਆਉਣ ਦੇ ਜ਼ਿਆਦਾ ਚਾਂਸ ਰਹਿੰਦੇ ਆ ਤੇ ਕੁਝ ਕੁਝ ਕੇਸ ਦੇ ਵਿੱਚ ਜਿਹੜੇ ਰਿਜ਼ਲਟਸ ਨੇ ਉਹ 20 ਡੇਜ਼ ਤੱਕ ਚਲੇ ਜਾਂਦੇ ਆ ਤੇ ਇਸ ਟਾਈਮ ਰਿਜ਼ਲਟਸ ਚੰਗੇ ਨੇ ਜੇ ਤੁਸੀ ਫਾਈਲ ਲਾਣੀ ਹੋਵੇ ਦੈਨ ਜਰੂਰ ਲਾਓ ਬਟ ਉਸ ਤੋਂ ਪਹਿਲਾਂ ਆਪਣੀ ਜਿਹੜੀ ਫਾਈਲ ਹੈ ਉਹ ਲਾਣੀ ਚਾਹੀਦੀ ਹੈ ਤੁਹਾਨੂੰ ਕਿ ਨਹੀਂ ਇਹ ਜਰੂਰ ਚੈੱਕ ਕਰ ਲਓ ਕਿਉਂਕਿ ਤੁਹਾਡੀ ਜੇ ਐਲੀਜੀਬਿਲਟੀ ਨਹੀਂ ਬਣਦੀ ਦੈਨ ਤੁਹਾਡੀ ਫਾਈਲ ਦੇ ਜਿਹੜੇ ਚਾਂਸ ਨੇ ਵੀਜ਼ਾ ਦੇ ਉਹ ਘਟ ਜਾਂਦੇ ਨੇ ਹੁਣ ਇੱਥੇ ਗੱਲ ਹੈ ਕਿ ਐਲੀਜੀਬਿਲਟੀ ਕਿਵੇਂ ਬਣਦੀ ਹੈ ਤੇ ਕਿਵੇਂ ਤੁਸੀਂ ਆਪਣੀ ਫਾਈਲ ਨੂੰ ਚੈੱਕ ਕਰ ਸਕਦੇ ਹੋ ਅੱਜ ਆਪਾਂ ਇਹ ਡਿਟੇਲਸ ਇਸ ਵਿਸ਼ੇ ਦੇ ਬਾਰੇ ਗੱਲ ਕਰਾਂਗੇ ਆਸਟ੍ਰੇਲੀਆ ਦਾ ਵੀਜ਼ਾ ਜਦੋਂ ਵੀ ਅਪਲਾਈ ਕਰਨਾ ਹੋਵੇ ਤਾਂ ਕੁਝ ਗੱਲਾਂ ਜ਼ਰੂਰ ਧਿਆਨ ਰੱਖੋ ਕਿ ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਉਹ ਹੈ ਕਿ ਆਸਟ੍ਰੇਲੀਆ ਜਿਹੜਾ ਥੋੜਾ ਜਿਹਾ ਸਟ੍ਰਿਕ ਹੈ ਦੂਜੀ ਕੰਟਰੀਜ਼ ਨਾਲੋਂ ਐਵੇਂ ਨਹੀਂ ਜਿਵੇਂ ਕੈਨੇਡਾ ਦੀ ਰੇਟ ਚ ਵੀਜ਼ਾ ਦੇ ਰਿਹਾ ਕੈਨੇਡਾ ਤੋਂ ਦੇਖਿਆ ਜਾਏ ਤਾਂ ਰਿਜ਼ਲਟਸ ਬਹੁਤ ਵਧੀਆ ਚੱਲ ਰਹੇ ਨੇ ਵਧੀਆ ਰਿਜ਼ਲਟਸ ਬਹੁਤ ਆ ਰਹੇ ਨੇ ਤੇ ਪ੍ਰੋਸੈਸ ਟਾਈਮ ਵੀ 1 ਮਹੀਨੇ ਦਾ ਹੈ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਨੂੰ ਤੁਸੀਂ ਸੇਮ ਲਾਈਕ ਕੈਨੇਡਾ ਨਹੀਂ ਲੈ ਸਕਦੇ ਜੋ ਕਿ ਜਿਵੇਂ ਕਿ ਕੈਨੇਡਾ ਬਹੁਤ ਈਜ਼ੀ ਚੱਲ ਰਿਹਾ ਵੀ ਨਹੀਂ ਹੈ ਕਿ ਆਸਟ੍ਰੇਲੀਆ ਵੀ ਉਵੇਂ ਹੀ ਵੀਜ਼ਾ ਦੇਗਾ ਆਸਟ ਇਥੇ ਸਭ ਤੋਂ ਜ਼ਿਆਦਾ ਜਿਹੜੀ ਚੀਜ਼ ਦੇਖੀ ਜਾਂਦੀ ਹੈ ਉਹ ਤੁਹਾਡੀ ਇਨਕਮ ਪ੍ਰੂਫਸ ਦੇਖੇ ਜਾਂਦੇ ਆ ਨਾਲ ਤੁਹਾਡੀ ਆਈਟੀਆਰਸ ਦੇਖੀਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਅਨਸ ਚੀਜ਼ ਦੇਖੀ ਜਾਂਦੀ ਤੁਹਾਡੇ ਫੰਡਸ ਦੇਖੇ ਜਾਂਦੇ ਨੇ ਜਲਦਬਾਜ਼ੀ ਚ ਫਾਈਲ ਨਾਲ-ਨਾਲ ਦੀ ਕੋਸ਼ਿਸ਼ ਕਰੋ ਇਹ ਨਾ ਸੋਚਿਓ ਕਿ ਹੁਣ ਰਿਜ਼ਲਟਸ ਵਧੀਆ ਨਹੀਂ ਤੇ ਜਿਵੇਂ ਦੀ ਵੀ ਫਾਈਲ ਹੈ ਲਾਦੀ ਐਵੇਂ ਨਾ ਸੁ ਕਰੋ ਆਪਣੀ ਪ੍ਰੋਫਾਈਲ ਜਿਹੜੀ ਆ ਥੋੜੀ ਜੀ ਸਟਰੋਂਗ ਕਰ ਲਓ ਜੇ ਥੋੜਾ ਵੇਟ ਕਰਨਾ ਪੈਂਦਾ ਵੇਟ ਕਰ ਲਓ ਬਟ रिजल्ट्स ਜਿਹੜੇ ਆ ਪੋਜ਼ੀਟਿਵ ਤਾਂ ਹੀ ਆਉਣਗੇ ਜੇ ਤੁਸੀਂ ਫਾਈਲ ਨੂੰ ਥੋੜੀ ਜਿਹੀ ਠੀਕ ਤਰੀਕੇ ਨਾਲ ਤਿਆਰ ਕਰਕੇ ਦੈਨ ਲਾਓਗੇ ਜੇ ਤੁਸੀਂ ਜਲਦਬਾਜੀ ਚਲਾਓਗੇ ਫਿਰ ਨਹੀਂ ਜਲਦਬਾਜੀ ਦਾ ਇਥੇ ਮਤਲਬ ਇਹ ਹੈ ਕਿ ਕੁਝ ਡਾਕੂਮੈਂਟ ਪੂਰੇ ਨਹੀਂ ਹੈਗੇ ਤੁਸੀਂ ਫਿਰ ਵੀ ਫਾਈਲ ਲਾਣ ਜਾ ਰਹੇ ਹੋ ਫਿਰ ਤੁਹਾਨੂੰ ਰਿਫਿਊਜ਼ਲ ਦੇਖਣੀ ਪੈ ਸਕਦੀ ਹੈ ਆਸਟ੍ਰੇਲੀਆ ਜੀ ਸਭ ਤੋਂ ਜਿਹੜੀ ਡਿਫਰੈਂਸ ਹੈ ਕੈਨੇਡਾ ਨਾਲ ਉਹ ਮੇਨ ਇਹ ਹੀ ਹੈ ਕਿ ਜਦੋਂ ਤੁਸੀਂ ਕੈਨੇਡਾ ਦੀ ਅੱਜ ਦੀ ਗੱਲ ਕਰ ਰਹੇ ਹੋ ਤਾਂ ਉੱਥੇ ਕੀ ਹੈ ਕਿ ਸਿੰਗਲ ਪਰਸਨ ਦੇ ਵੀਜ਼ਾਸ ਵੀ ਆ ਰਹੇ ਨੇ ਮਦਰ ਸਨ ਦੇ ਨਾਲ ਫਾਈਲ ਲੱਗ ਰਹੀ ਹੈ ਵੀਜ਼ਾ ਆ ਰਹੇ ਨੇ ਫਾਦਰ ਸਨ ਦੀ ਫਾਈਲ ਲੱਗ ਰਹੀ ਹੈ ਵੀਜ਼ਾ ਆ ਰਹੇ ਨੇ ਬੜਾ ਆਸਟ੍ਰੇਲੀਆ 'ਚ ਤੁਹਾਡੀ ਇੰਡੀਵਿਜੂਅਲ ਫਾਈਲ ਦੇਖੀ ਜਾਣੀ ਹੈ ਉੱਥੇ ਐਵੇਂ ਨਹੀਂ ਕਿ ਤੁਹਾਡੇ ਫਾਦਰ ਦੇ ਜੇ ਸਪੋਰਟਿੰਗ ਡਾਕੂਮੈਂਟ ਸਾਰੇ ਓਕੇ ਨੇ ਤਾਂ ਤੁਸੀਂ ਫਾਈਲ ਲਾਓਗੇ ਤੁਹਾਨੂੰ ਵੀਜ਼ਾ ਮਿਲ ਜਾਏਗਾ ਇੱਥੇ ਕੀ ਫੈਮਿਲੀ ਟਾਈਜ਼ ਤੁਹਾਡੇ ਸਟਰੋਂਗ ਹੋਣੇ ਜ਼ਰੂਰੀ ਨੇ ਤੁਸੀਂ ਜੇ ਸਟਰੋਂਗ ਟਾਈਜ਼ ਨਹੀਂ ਦਿਖਾਓਗੇ ਫੈਮਿਲੀ ਦੇ ਫਿਰ ਵੀਜ਼ਾ ਆਸਟ੍ਰੇਲੀਆ ਦੇ ਲੱਗਣ ਦੇ ਚਾਂਸ ਬਹੁਤ ਘੱਟ ਰਹਿਣਗੇ ਇਸ ਕਰਕੇ ਜਦੋਂ ਵੀ ਫਾਈਲ ਲਾਣੀ ਹੈ ਕੱਲੇ ਫਾਈਲ ਜੇ ਲਾਣ ਜਾ ਰਹੇ ਹੋ ਤਾਂ ਤੁਹਾਡੀ ਫੈਮਿਲੀ ਟਾਈ ਸਟਰੋਂਗ ਹੋਣ ਇਥੇ ਮੈਂ ਨਹੀਂ ਕਹਿ ਰਿਹਾ ਕਿ ਸਿੰਗਲ ਪਰਸਨ ਦਾ ਵੀਜ਼ਾ ਨਹੀਂ ਆਏਗਾ ਸਿੰਗਲ ਪਰਸਨ ਦਾ ਵੀ ਵੀਜ਼ਾ ਆ ਸਕਦਾ ਹੈ ਲੇਕਿਨ ਪਿੱਛੇ ਪੇਰੈਂਟਸ ਜਾਂ ਤੁਹਾਡੀ ਜਿਹੜੀ ਰਿਸਪੌਂਸਿਬਿਲਟੀਜ਼ ਨੇ ਬ੍ਰਦਰ ਸਿਸਟਰ ਦੀਆਂ ਉਹ ਤੁਹਾਨੂੰ ਦਿਖਾਣੀਆਂ ਪੈਣਗੀਆਂ ਉਹ ਦਿਖਾਓ ਦੈਨ ਤੁਸੀਂ ਫਾਈਲ ਲਾ ਸਕਦੇ ਹੋ ਇਸ ਤੋਂ ਬਾਅਦ ਜਿਵੇਂ ਹੁਣ ਕੈਨੇਡਾ ਦੀ ਗੱਲ ਕਰੀਏ ਕੈਨੇਡਾ 'ਚ ਕੀ ਹੈ ਕਿ ਫਰੈਸ਼ ਪਾਸਪੋਰਟ ਤੇ ਵੀਜ਼ਾ ਆ ਰਹੇ ਨੇ ਬਟ ਆਸਟ੍ਰੇਲੀਆ ਮੈਂ ਰਿਕਮੈਂਡ ਨਹੀਂ ਕਰਾਂਗਾ ਕਿ ਤੁਸੀਂ ਫਰੈਸ਼ ਪਾਸਪੋਰਟ ਤੇ ਆਪਣੀ ਫਾਈਲ ਲਾਓ ਜੇ ਤੁਸੀਂ ਆਸਟ੍ਰੇਲੀਆ ਫਾਈਲ ਲਾਂਚ ਆ ਰਹੇ ਇੱਕ ਦੋ ਕੰਟਰੀ ਆ ਤੁਸੀਂ ਟਰੈਵਲ ਖੂਬੋ ਤੇ ਜ਼ਿਆਦਾ ਵਧੀਆ ਕਿਉਂਕਿ ਫਰੈਸ਼ ਪਾਸਪੋਰਟ ਤੇ ਥੋੜੇ ਚਾਂਸ ਘਟ ਰਹਿੰਦੇ ਆ ਫਰੈਸ਼ ਪਾਸਪੋਰਟ ਤੇ ਮੈਂ ਤਾਂ ਹੀ ਕਹਾਂਗਾ ਜੇ ਤੁਸੀਂ ਬਿਲਕੁਲ ਵੀ ਨਹੀਂ ਟਰੈਵਲ ਕਰਨਾ ਚਾਹੁੰਦੇ ਥੈਨ ਲਾਓ ਆਦਰਵਾਇਜ਼ ਜੇ ਤੁਸੀਂ ਟਰੈਵਲ ਕਰ ਸਕਦੇ ਹੋ ਥੋੜਾ ਜਿਆ ਐਕਸਪੈਂਸ ਕਰ ਸਕਦੇ ਆਪਣੀ ਟਰੈਵਲ ਹਿਸਟਰੀ ਬਣਾਉਣ ਤੇ ਥੈਨ ਤੁਹਾਨੂੰ ਆਸਟ੍ਰੇਲੀਆ ਦੇ ਜਿਹੜੀ ਹੈ ਫਾਈਲ ਥੋੜੀ ਜੀ ਟਰੈਵਲ ਹਿਸਟਰੀ ਬਣਾਉਣ ਤੋਂ ਬਾਅਦ ਲਾਣੀ ਚਾਹੀਦੀ ਹੈ ਉਹਨ ਜਿਹੜੀ ਨੈਸਟ ਗੱਲ ਹੈ ਆਈਟੀਆਰ ਸੀ ਆਈਟੀਆਰ ਦੇ ਵਿੱਚ ਦੇਖਿਆ ਗਿਆ ਕਿ ਕੈਨੇਡਾ ਦੇ ਵਿੱਚ ਜਿਹੜੀ ਫਾਈਲਸ ਲੱਗੀਆਂ ਨੇ ਉਹਨਾਂ ਦੇ ਵਿੱਚ ਜੇ 4.5 ਲੱਖ ਦੀ ਆਈਟੀਆਰ ਹੈਗੀਆਂ ਨੇ ਉਹਦੇ ਵਿੱਚ ਵੀਜ਼ਾ ਨਿਕਲੇ ਨਹੀਂ ਇਵਨ 3.5 ਲੱਖ ਦੀ ਆਈਟੀਆਰ 'ਚ ਵੀਜ਼ਾ ਨਿਕਲੇ ਨਹੀਂ ਵੀਜ਼ਾ ਆਸਟ੍ਰੇਲੀਆ ਤੋਂ ਵੀ ਦੇਖਣ ਨੂੰ ਕਈ ਵਾਰ ਮਿਲੇ ਨੇ 4 ਲੱਖ ਦੀ ਆਈਟੀਆਰ ਦੇ ਨਾਲ ਬਟ ਮੇਰੀ ਰეკਮੈਂਡੇਸ਼ਨ ਇਹ ਹੈ ਕਿ ਜੇ ਤੁਸੀਂ ਆਪਣੀ ਆਈਟੀਆਰ ਜਿਹੜੀਆਂ ਨੇ ਉਹ 5 ਲੱਖ ਦੇ ਆਸ-ਪਾਸ ਮਿਨੀਮਮ ਦਿਖਾਓ ਹੁਣ ਤਾਂ ਜਿਹੜਾ ਨਵਾਂ ਰੂਲ ਹੈ ਇੰਡੀਆ ਦੇ ਵਿੱਚ ਕੀ ਤੁਹਾਡੀ 7 ਲੱਖ ਦੀ ਜੇ ਆਈਟੀਆਰ ਤੱਕ ਜਾਂਦੀ ਹੈ ਤੁਹਾਨੂੰ ਕੋਈ ਟੈਕਸ ਪੇ ਕਰਨ ਦੀ ਲੋੜ ਨਹੀਂ ਇਸ ਕਰਕੇ ਤੁਸੀਂ ਆਪਣੀ ਆਈਟੀਆਰ ਜਿਹੜੀਆਂ ਨੇ ਇਨਕਰੀਸ ਕਰ ਸਕਦੇ ਹੋ ਨਿਊ ਆਈਟੀਆਰ ਤੁਸੀਂ 6.5-7 ਲੱਖ ਦੀ ਦਿਖਾ ਕੇ ਵੀ ਫਾਈਲ ਲਾ ਸਕਦੇ ਹੋ ਜੇ ਤੁਸੀਂ 6.5-7 ਲੱਖ ਦੀ ਆਈਟੀਆਰ ਫਾਈਲ ਕਰਦੇ ਹੋ ਤੇ ਉਹਨੂੰ ਸ਼ੋ ਕਰਦੇ ਹੋ ਤੁਹਾਡੇ ਵੀਜ਼ਾ ਦੇ ਚਾਂਸ ਖਾਈ ਰਹਿਣਗੇ ਇਸ ਟਾਈਮ ਆਈਟੀਆਰ ਜਿਹੜੀ ਹੈ ਸਟਰੋਂਗ ਮੰਨੀ ਜਾਏਗੀ ਜੇ ਤੁਸੀਂ ਅਪਰੋਕਸ 6.5-7 ਲੱਖ ਦੀ ਪੇ ਕਰ ਦਿੰਦੇ ਹੋ ਤਾਂ ਏਜ ਮੇਨ ਪੁਆਇੰਟ ਹੁੰਦੇ ਨੇ ਇੱਕ ਤੁਹਾਡੇ ਫੈਮਿਲੀ ਟਾਈਜ਼ ਜਿਹਦੇ ਬਾਰੇ ਆਪਾਂ ਗੱਲ ਕੀਤੀ ਐ ਇੱਕ ਤੁਹਾਡੇ ਫੰਡਸ ਜਿਹਦੇ ਬਾਰੇ ਆਪਾਂ ਗੱਲ ਕੀਤੀ ਐ ਫਿਰ ਤੁਹਾਡੇ ਆ ਟ੍ਰੈਵਲ ਹਿਸਟਰੀ ਫਿਰ ਉਸਦਾ ਆਈਟੀਆਰ ਇਹ ਇੰਪੋਰਟੈਂਟ ਡਾਕੂਮੈਂਟ ਨੇ ਨਾਲ ਦੇ ਨਾਲ ਇਨਕਮ ਪ੍ਰੂਫ ਵੀ ਤੁਹਾਡਾ ਇੱਕ ਇੰਪੋਰਟੈਂਟ ਡਾਕੂਮੈਂਟ ਹੋ ਜਾਂਦਾ ਹੈ ਕੈਨੇਡਾ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਸੈਲਰੀ ਸਲਿਪ ਜਿਹੜੀ ਐ ਕੈਸ਼ ਤੇ ਵੀ ਵੀਜ਼ਾ ਆਇਆ ਨੇ ਹੁਣ ਜਿਹੜਾ ਕਿਉਂਕਿ ਜਦੋਂ ਫਲੋ ਚੱਲਦਾ ਹੈ ਜਦੋਂ ਕੋਈ ਵੀ ਕੰਟਰੀ ਬਹੁਤ ਵੀਜ਼ਾ ਦੇ ਰਹੀ ਹੁੰਦੀ ਉਸ ਟਾਈਮ ਕੈਸ਼ ਸੈਲਰੀ ਸਲਿਪ ਤੇ ਵੀ ਵੀਜ਼ਾ ਹੁੰਦੇ ਆ ਪਰ ਮੈਂ ਇਹ ਤੁਹਾਨੂੰ ਇਹ ਕਹਾਂਗਾ ਕਿ ਆਸਟ੍ਰੇਲੀਆ 'ਚ ਜੇ ਗਲਤੀ ਨਾ ਕਰਿਓ ਆਸਟ੍ਰੇਲੀਆ 'ਚ ਜੇ ਫਾਈਲ ਆ ਰਿਹਾ ਤੁਹਾਡੇ ਕੋਲ ਪ੍ਰੋਪਰ ਪ੍ਰੂਫ ਹੋਣ ਪ੍ਰੋਪਰ ਪ੍ਰੂਫ ਤਾਹੀ ਮੰਨੇ ਜਾਂਦੇ ਆ ਜੇ ਤੁਹਾਡੇ ਅਕਾਊਂਟ 'ਚ ਸੈਲਰੀ ਆ ਰਹੀ ਹੈ ਜੇ ਤੁਸੀਂ ਫਾਰਮਿੰਗ ਕਰ ਰਹੇ ਹੋ ਤਾਂ ਜੇ ਫਾਰਮ ਦੀ ਇਨਕਮ ਤੁਹਾਡੇ ਜਿਹੜੇ ਅਕਾਊਂਟ 'ਚ ਆਈ ਹੋਵੇ business ਕਰਦੇ ਹੋ ਤੁਹਾਡਾ ਜਿਹੜੀ ਉਹਦੀ ट्रांजैक्शन ਜਿਹੜੀਆਂ ਅਕਾਊਂਟ 'ਚ ਸ਼ੋ ਹੋ ਰਹੀਆਂ ਉਹ ਭਾਵੇਂ ਸੇਵਿੰਗ 'ਚ ਹੋ ਰਹੀਆਂ ਨੇ ਭਾਵੇਂ ਕਰੰਟ 'ਚ ਹੋ ਰਹੀਆਂ ਨੇ ਮੈਟਰ ਨਹੀਂ ਕਰੇਗਾ ਬਟ ਐਟ ਲੀਸਟ ट्रांजैक्शन ਜਰੂਰ ਹੋਣ ਇਦਾ ਮਤਲਬ ਇਹੀ ਹੈ ਕਿ ਪ੍ਰੋਪਰ ਜੇ ਡਾਕੂਮੈਂਟ ਹੈਗੇ ਨੇ then ਹੀ ਆਸਟ੍ਰੇਲੀਆ ਅਪਲਾਈ ਕਰਿਓ ਆਦਰਵਾਈਜ਼ ਤੁਸੀਂ ਕੈਨੇਡਾ ਨੂੰ ਚੂਜ਼ ਕਰ ਸਕਦੇ ਹੋ ਕੈਨੇਡਾ ਚੀਜ਼ੀ ਵੀਜ਼ ਆ ਰਹੇ ਨੇ ਤੇ ਕੈਨੇਡਾ ਦੇ ਵਿੱਚ ਟ੍ਰੈਵਲ ਕਰਨ ਤੋਂ ਬਾਅਦ ਆਸਟ੍ਰੇਲੀਆ ਲਾ ਲਓ then ਤੁਹਾਡੀ ਜਿਹੜੀ ਰਿਕੁਆਇਰਮੈਂਟ ਹੈ ਜੇ ਆਸਟ੍ਰੇਲੀਆ ਹੀ ਜਾਣਾ ਹੈ ਆਸਟ੍ਰੇਲੀਆ ਦੇ ਸੈਟਲਮੈਂਟ ਦਾ ਪ੍ਰੋਗਰਾਮ ਹੈ ਜਾਂ ਤੁਹਾਡਾ ਪਲਾਨ ਹੈ ਆਸਟ੍ਰੇਲੀਆ ਚ ਕਿਸੇ ਨੂੰ ਵਿਜ਼ਿਟ ਕਰਨ ਦਾ ਥੈਨ ਤੁਹਾਡੇ ਲਈ ਈਜ਼ੀ ਹੋ ਜਾਏਗਾ ਜੇ ਤੁਸੀਂ ਕੈਨੇਡਾ ਵਿਜ਼ਿਟ ਕਰਕੇ ਆ ਜਾਂਦੇ ਹੋ ਆਸਟ੍ਰੇਲੀਆ ਚ ਇੱਕ ਚੀਜ਼ ਹੋਰ ਹੈ ਜੇ ਤੁਹਾਡੇ ਕੋਲ ਸਪான்ਸਰ ਹੁੰਦੀ ਹੈ ਤੁਹਾਡੇ ਕਿਸੇ ਰਿਸ਼ਤੇਦਾਰ ਦੀ ਤਾਂ ਫਿਰ ਤੁਹਾਡੇ ਲਈ ਜਿਹੜਾ ਵੀਜ਼ਾ ਈਜ਼ੀ ਹੋ ਜਾਂਦਾ ਤੁਹਾਡੇ ਲਈ ਜਿਹੜੀ ਫਾਈਲ ਲਾਣੀ ਈਜ਼ੀ ਹੋ ਜਾਂਦੀ ਹੈ ਜੇ ਸਪੌਂਸਰ ਦੇ ਡਾਕੂਮੈਂਟ ਦੇ ਨਾਲ ਲਾਉਂਦੇ ਹੋ ਤਾਂ ਵੀਜ਼ਾ ਰਿਜ਼ਲਟ ਜਿਹੜੇ ਆ ਜਿਆਦਾ ਪੋਜ਼ਿਟਿਵ ਰਹਿਣਗੇ ਤੁਹਾਨੂੰ ਜਿਆਦਾ ਵਧੀਆ ਰਿਜ਼ਲਟਸ ਤੇ ਤੁਹਾਨੂੰ ਮਿਲਣਗੇ ਉਮੀਦ ਕਰਦੇ ਆਂ ਇਨਫੋਰਮੇਸ਼ਨ ਤੁਹਾਡੇ ਲਈ ਕਾਫੀ ਕੰਮ ਦੀ ਹੋਏਗੀ ਜੇ ਚੰਗੀ ਲੱਗੀ ਆ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰ ਦੇਣਾ ਮਿਲਦੇ ਆਂ ਫਿਰ ਇੱਕ ਨਵੀਂ ਵੀਡੀਓ 'ਚ ਸਤਿ ਸ਼੍ਰੀ ਅਕਾਲ